ਸਤਿ ਸ਼੍ਰੀ ਅਕਾਲ। ਪੰਜਾਬ ਭਾਰਤ ਅਤੇ ਯੂਕੇ ਦੀਆਂ ਇੰਗਲਿਸ਼, ਪੰਜਾਬੀ ਅਤੇ ਗੁਜਰਾਤੀ ਦੀਆਂ ਖਬਰਾਂ ਦੇ ਇੱਕਮਾਤਰ ਪੋਰਟਲ ਇੰਡੀਅਨ ਟਾਈਮਸ ਡੇਲੀ .com 'ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਇਹਦੇ ਵਿੱਚ ਤੁਹਾਨੂੰ ਸਥਾਪਿਤ ਕਾਰੋਬਾਰਾਂ ਅਤੇ ਸਾਧਨਾਂ ਦੀ ਜਾਣਕਾਰੀ ਵੀ ਮਿਲੇਗੀ। ਮੇਰਾ ਨਾਮ ਗੌਰੀ ਸਿੰਘ ਹੈ ਅਤੇ ਅੱਜ ਦੀਆਂ ਮੁੱਖ ਖਬਰਾਂ ਨੇ। ਪੰਜਾਬ ਵਿੱਚ CM ਅਮਰਿੰਦਰ ਸਿੰਘ ਨੇ ਯੂਨੀਅਨ ਹੋਮ ਮਿਨਿਸਟਰ ਰਾਜਨਾਥ ਸਿੰਘ ਤੋਂ ਚੰਡੀਗੜ੍ਹ ਨੂੰ ਰਾਜ ਦੀ ਰਾਜਧਾਨੀ ਬਣਾਉਣ ਦੀ ਬੇਨਤੀ ਕੀਤੀ ਹੈ ਅਤੇ ਡਰੱਗ ਮੈਨੇਜ ਦੇ ਖਤਰੇ ਤੋਂ ਨਿਪਟਣ ਦੇ ਲਈ ਪੜੋਸੀ ਰਾਜਾਂ ਤੋਂ ਮਦਦ ਮੰਗੀ ਗਈ ਹੈ। ਭਾਰਤ ਵਿੱਚ ਮੋਦੀ ਸਰਕਾਰ ਨੇ ਲੋਕ ਸਭਾ ਵਿੱਚ ਨੋ ਟਰੱਸਟ ਟੈਸਟ ਪਾਸ ਕਰ ਦਿੱਤਾ ਹੈ ਅਤੇ ਵਟਸਐਪ ਮੈਸੇਜ ਫਾਰਵਰਡਿੰਗ ਨੂੰ ਸਿਰਫ 5 ਐਡਸ ਤੱਕ ਸੀਮਤ ਕਰ ਦੇਵੇਗਾ। ਯੂਕੇ ਵਿੱਚ ਲੰਡਨ ਵਿੱਚ ਮੇਅਰ ਦੀ ਦੌੜ ਲਈ 2 ਭਾਰਤੀ ਮੂਲ ਦੇ ਉਮੀਦਵਾਰ ਹਨ ਅਤੇ ਜਨਤਾ ਨੂੰ ਇੱਕ ਡਿਸਆਰਡਰਲੀ ਬ੍ਰੈਕਸਿਟ ਦੇ ਬਾਰੇ ਵਿੱਚ ਚੇਤਾਵਨੀ ਦਿੱਤੀ ਜਾਵੇਗੀ। ਸਾਡੇ ਨਾਲ ਜੁੜੇ ਰਹੋ ਦੋਸਤੋ, ਅਸੀਂ ਪੰਜਾਬ ਭਾਰਤ ਅਤੇ ਯੂਕੇ ਦੀਆਂ ਮਹੱਤਵਪੂਰਨ ਖਬਰਾਂ ਦੇ ਨਾਲ ਜਲਦੀ ਵਾਪਸ ਆਵਾਂਗੇ। ਇੰਡੀਅਨ ਟਾਈਮਸ ਡੇਲੀ 'ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪੰਜਾਬ ਦੀਆਂ 10 ਮੁੱਖ ਖਬਰਾਂ ਹਨ। CM ਅਮਰਿੰਦਰ ਸਿੰਘ ਨੇ ਯੂਨੀਅਨ ਹੋਮ ਮਿਨਿਸਟਰ ਰਾਜਨਾਥ ਸਿੰਘ ਨੂੰ ਲਿਖਿਆ ਹੈ ਕਿ ਉਹ ਚੰਡੀਗੜ੍ਹ ਨੂੰ ਪੰਜਾਬ ਦੀ ਰਾਜਧਾਨੀ ਬਣਾਉਣ ਦੇ ਲਈ ਬੇਨਤੀ ਕਰਨ। ਵਰਤਮਾਨ ਦੇ ਵਿੱਚ ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਦੋਨਾਂ ਦੀ ਜੁਆਇੰਟ ਰਾਜਧਾਨੀ ਹੈ। CM ਅਮਰਿੰਦਰ ਸਿੰਘ ਨੇ ਨਸ਼ੀਲੇ ਪਦਾਰਥਾਂ ਦੀ ਖੇਤੀ ਅਤੇ ਤਸਕਰੀ ਨੂੰ ਕੰਟਰੋਲ ਕਰਨ ਦੇ ਲਈ ਪੜੋਸੀ ਰਾਜਾਂ ਤੋਂ ਮਦਦ ਦੀ ਮੰਗ ਕੀਤੀ ਹੈ। ਇਹ ਪੰਜਾਬ ਵਿੱਚ ਡਰੱਗਸ ਦੇ ਖਤਰੇ ਨੂੰ ਰੋਕਣ ਦੇ ਸਰਕਾਰ ਦੀਆਂ ਕੋਸ਼ਿਸ਼ਾਂ ਦਾ ਹਿੱਸਾ ਹੈ। ਨਿਊ ਦਿੱਲੀ ਵਿੱਚ IGI ਏਅਰਪੋਰਟ 'ਤੇ 12 ਸਿੱਖਾਂ ਦੀ ਰਾਖ ਅਤੇ ਜਲਾਲਾਬਾਦ ਵਿੱਚ ਸੁਸਾਈਡ ਬੰਬ ਵਿੱਚ ਇੱਕ ਹਿੰਦੂ ਆਦਮੀ ਦੀ ਮੌਤ ਦੇ ਰੂਪ ਵਿੱਚ ਅਜੀਬ ਘੁਟਾਲਿਆਂ ਨੂੰ ਅਫਗਾਨਿਸਤਾਨ ਤੋਂ ਲਿਆਂਦਾ ਗਿਆ ਸੀ। ਮਰੇ ਹੋਏ ਦੇ ਰਿਮੇਨਸ ਨੂੰ ਕੀਰਤਪੁਰ ਸਾਹਿਬ ਦੇ ਵਿੱਚ ਅੰਤਿਮ ਸੰਸਕਾਰ ਕਰਨ ਦੇ ਲਈ ਲਿਆਂਦਾ ਗਿਆ ਸੀ। CPM ਜਨਰਲ ਸੈਕਟਰੀ ਸੀਤਾਰਾਮ ਯੇਚੁਰੀ ਨੇ ਕਿਸੇ ਵੀ ਅਪੋਜੀਸ਼ਨ ਪਾਰਟੀ ਦੇ ਨਾਲ ਨੇਸ਼ਨ ਵਾਈਡ ਪ੍ਰੀ ਪੋਲ ਅਲਾਇੰਸ ਤੋਂ ਇਨਕਾਰ ਕਰ ਦਿੱਤਾ। ਉਹਨਾਂ ਨੇ ਦਾਅਵਾ ਕੀਤਾ ਕਿ ਅਲਾਇੰਸ ਸਿਰਫ ਰਾਜਾਂ ਵਿੱਚ ਹੋਵੇਗਾ ਅਤੇ ਅਖੀਰਲਾ ਅਲਾਇੰਸ 2019 ਦੇ ਚੋਣਾਵਾਂ ਦੇ ਬਾਅਦ ਹੀ ਆਕਾਰ ਲਵੇਗਾ। ਪੰਜਾਬ ਅੱਤਵਾਦੀਆਂ ਨੂੰ ਬਾਹਰ ਕੱਢਣ ਦੇ ਲਈ ਸਪੈਸ਼ਲ ਓਪਰੇਸ਼ਨਸ ਗਰੁੱਪ ਕਮਾਂਡੋਜ਼ 'ਤੇ ਭਰੋਸਾ ਕਰਨ ਦੇ ਲਈ ਤਿਆਰ ਹੈ। SOG ਮੁੱਖ ਰੂਪ ਤੋਂ ਫਿਦਾਇਨ ਜਾਂ ਫਿਰ ਅੱਤਵਾਦੀ ਹਮਲਿਆਂ ਤੋਂ ਨਿਪਟ ਰਿਹਾ ਹੋਵੇਗਾ ਅਤੇ ਕਿਸੇ ਵੀ ਬੰਧਕ ਵਰਗੀ ਸਿਚੁਏਸ਼ਨ ਨੂੰ ਵੀ ਰੋਕਿਆ ਜਾਵੇਗਾ। ਸੁਪਰੀਮ ਕੋਰਟ ਨੇ ਗੁਰੂਗ੍ਰਾਮ ਦੇ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ 7 ਸਾਲ ਦੇ ਮੁੰਡੇ ਦੇ ਕਤਲ ਦੇ ਆਰੋਪ ਵਿੱਚ ਇੱਕ ਨੌਜਵਾਨ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਹੈ। ਬੈਂਚ ਨੇ ਪਲੀ ਖਾਰਜ ਕਰ ਦਿੱਤੀ, ਜਿਸ ਨੇ ਇਸ ਆਧਾਰ 'ਤੇ ਜ਼ਮਾਨਤ ਮੰਗੀ ਕਿ ਚਾਰਜਸ਼ੀਟ 60 ਦਿਨਾਂ ਦੇ ਅੰਦਰ ਦਾਇਰ ਨਹੀਂ ਕੀਤੀ ਗਈ ਸੀ। SDF ਨੇ 2 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਬੈਂਡ ਟੈਬਲੇਟਸ, ਕੈਪਸੂਲਸ, ਇੰਜੈਕਸ਼ਨਸ ਅਤੇ ਕਬਜ਼ੇ ਤੋਂ 2.13 ਕਰੋੜ ਰੁਪਏ ਜ਼ਬਤ ਕੀਤੇ ਗਏ ਹਨ। ਇੱਕ ਟਿਪ ਆਫ ਦੇ ਬਾਅਦ ਲੁਧਿਆਣਾ ਜ਼ਿਲ੍ਹੇ ਵਿੱਚ ਖੋਜ ਕਰਦੇ ਵੇਲੇ ਪੁਲਿਸ ਨੇ ਇਨੋਵਾ ਕਾਰ ਨੂੰ ਰੁਕਾਇਆ ਸੀ। ਇੱਕ ਪਾਕਿਸਤਾਨੀ ਘੁਸਪੈਠੀਏ ਨੂੰ ਅੰਮ੍ਰਿਤਸਰ ਦੇ ਵਿੱਚ ਭਾਰਤ ਪਾਕਿਸਤਾਨ ਸੀਮਾ ਦੇ ਕੋਲ ਗੋਲੀ ਮਾਰ ਦਿੱਤੀ ਗਈ ਸੀ। ਹਾਲਾਂਕਿ ਉਹਨਾਂ ਦੇ ਸਹਿਯੋਗੀ ਮੌਕੇ ਤੋਂ ਭੱਜਣ ਦੇ ਵਿੱਚ ਸਫਲ ਰਹੇ। ਘੁਸਪੈਠੀਆਂ ਨੂੰ ਕਈ ਚੇਤਾਵਨੀਆਂ ਦੇਣ ਦੇ ਬਾਅਦ ਗੋਲੀ ਮਾਰੀ ਗਈ ਕਿਉਂਕਿ ਉਹ ਸੀਮਾ ਦੀ ਤਰਫ ਵੱਧ ਰਹੇ ਸਨ। 22 ਸਾਲ ਦੀ ਮੈਰਿਡ ਔਰਤ ਨੇ ਆਰੋਪ ਲਗਾਇਆ ਕਿ ਪੰਚਕੂਲਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਕੁਝ 40 ਲੋਕਾਂ ਨੇ ਲਗਾਤਾਰ 4 ਦਿਨਾਂ ਦੇ ਲਈ ਉਸਦੇ ਨਾਲ ਸਮੂਹਿਕ ਬਲਾਤਕਾਰ ਕੀਤਾ ਸੀ। ਚੰਡੀਗੜ੍ਹ ਪੁਲਿਸ ਨੇ 40 ਆਰੋਪੀਆਂ ਦੇ ਖਿਲਾਫ਼ ਬਲਾਤਕਾਰ ਦਾ ਮਾਮਲਾ ਦਰਜ ਕਰਾਇਆ। ਹਰਿਆਣਾ ਪੁਲਿਸ ਪਹਿਲੇ ਆਪਣੀ ਸ਼ਿਕਾਇਤ ਨੂੰ ਹੱਲ ਕਰਨ ਵਿੱਚ ਸਫਲ ਰਹੀ ਸੀ। ਰਾਜ ਨੇ ਪ੍ਰੋਸੀਕਿਊਸ਼ਨ ਵਿਭਾਗ ਤੋਂ 63 ਅਧਿਕਾਰੀਆਂ ਨੂੰ 9 ਡਿਸਟ੍ਰਿਕਟ ਅਟੋਰਨੀਜ਼ ਅਤੇ 20 ਡੈਪਟੀ ਡਿਸਟ੍ਰਿਕਟ ਅਟੋਰਨੀਜ਼ ਦੇ ਨਾਲ ਟ੍ਰਾਂਸਫਰ ਕਰ ਦਿੱਤਾ। ਡਿਸਟ੍ਰਿਕਟ ਅਟੋਰਨੀ ਸਲਵਿੰਦਰ ਸਿੰਘ ਸੱਗੂ ਨੂੰ ਗੁਰਦਾਸਪੁਰ ਤੋਂ ਅੰਮ੍ਰਿਤਸਰ ਦੇ ਵਿੱਚ ਟ੍ਰਾਂਸਫਰ ਕਰ ਦਿੱਤਾ ਗਿਆ ਹੈ। ਸਾਡੇ ਨਾਲ ਜੁੜੇ ਰਹੋ ਦੋਸਤੋ, ਅਸੀਂ ਭਾਰਤ ਅਤੇ ਯੂਕੇ ਦੀਆਂ ਮਹੱਤਵਪੂਰਨ ਖਬਰਾਂ ਦੇ ਨਾਲ ਜਲਦੀ ਵਾਪਸ ਆਵਾਂਗੇ। ਇੰਡੀਅਨ ਟਾਈਮਸ ਡੇਲੀ 'ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਭਾਰਤ ਦੀਆਂ 10 ਮੁੱਖ ਖਬਰਾਂ ਹਨ। ਮੋਦੀ ਸਰਕਾਰ ਨੇ ਵਿਪਕਸ਼ੀ ਦਲਾਂ ਵੱਲੋਂ ਨੋ ਕੌਨਫੀਡੈਂਸ ਮੋਸ਼ਨ ਨੂੰ ਪਾਰਿਤ ਕਰ ਦਿੱਤਾ ਹੈ। ਸਰਕਾਰ ਨੂੰ ਕੁੱਲ 455 ਵੋਟਾਂ ਦੇ ਵਿੱਚੋਂ 325 ਵੋਟ ਮਿਲੇ, ਜਦਕਿ ਮੋਸ਼ਨ ਦੇ ਪੱਖ ਵਿੱਚ ਸਿਰਫ 126 MPs ਨੇ ਵੋਟ ਕੀਤਾ। ਇਹ ਵੋਟ ਉਦੋਂ ਆਇਆ ਜਦੋਂ ਮੋਦੀ ਨੇ ਕਾਂਗਰਸ ਪ੍ਰੈਜ਼ੀਡੈਂਟ ਰਾਹੁਲ ਗਾਂਧੀ ਨੂੰ ਵਾਪਸੀ ਜਵਾਬ ਦਿੱਤਾ, ਜਿਨ੍ਹਾਂ ਨੇ BJP 'ਤੇ ਇੱਕ ਗੰਭੀਰ ਹਮਲੇ ਦੀ ਸ਼ੁਰੂਆਤ ਕੀਤੀ, ਜਿਸ ਤੋਂ ਬਾਅਦ ਮੋਦੀ ਜੀ ਨੂੰ ਗਲੇ ਲਗਾ ਕੇ ਸਰਪ੍ਰਾਈਜ਼ ਕੀਤਾ। ਵਟਸਐਪ ਨੇ ਕਿਹਾ ਹੈ ਕਿ ਭਾਰਤ ਵਿੱਚ ਇਸਦੇ ਯੂਜ਼ਰਸ ਨੂੰ ਇੱਕ ਵਾਰ ਵਿੱਚ 5 ਤੋਂ ਜ਼ਿਆਦਾ ਚੈਟਸ ਨੂੰ ਫਾਰਵਰਡ ਕਰਨ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ ਅਤੇ ਕੰਪਨੀ ਮੀਡੀਆ ਸੰਦੇਸ਼ਾਂ ਦੀ ਬਗਲ ਵਿੱਚ ਦਿਖਾਈ ਦੇਣ ਵਾਲੇ ਕੁਇਕ ਫਾਰਵਰਡ ਬਟਨ ਨੂੰ ਹਟਾ ਦੇਵੇਗੀ। ਇਹ ਸਟੇਜ 'ਤੇ ਨਕਲੀ ਸੰਦੇਸ਼ਾਂ ਦੇ ਸੰਚਲਨ ਨੂੰ ਘੱਟ ਕਰਨ ਦੇ ਆਪਣੀ ਕੋਸ਼ਿਸ਼ ਦੇ ਹਿੱਸੇ ਦੇ ਰੂਪ ਵਿੱਚ ਹੈ, ਜਿਸ ਨੇ ਮੌਬ ਲਿੰਚਿੰਗ ਦੀ ਘਟਨਾਵਾਂ ਨੂੰ ਉਕਸਾਇਆ। ਫਰੈਂਚ ਸਰਕਾਰ ਨੇ ਪਾਰਲੀਮੈਂਟ ਵਿੱਚ ਕਾਂਗਰਸ ਪ੍ਰੈਜ਼ੀਡੈਂਟ ਰਾਹੁਲ ਗਾਂਧੀ ਦੇ ਦਾਅਵੇ ਦਾ ਜਵਾਬ ਦਿੱਤਾ ਹੈ ਕਿ ਰਫੇਲ ਏਅਰਕ੍ਰਾਫਟ ਸੌਦੇ ਦੇ ਲਈ ਗੁਪਤ ਸਮਝੌਤੇ ਵਿੱਚ ਲੜਾਕੂ ਵਿਮਾਨਾਂ ਦੇ ਪ੍ਰਾਈਸਿੰਗ ਡਿਟੇਲ ਸ਼ਾਮਲ ਨਹੀਂ ਹਨ। ਇਹ ਕਿਹਾ ਗਿਆ ਕਿ ਦੋਨਾਂ ਦੇਸ਼ਾਂ ਵੱਲੋਂ ਸਾਈਨਡ 2008 ਦੇ ਸਮਝੌਤੇ ਕਾਨੂੰਨੀ ਰੂਪ ਤੋਂ ਕਲਾਸੀਫਾਈਡ ਸੂਚਨਾ ਦੀ ਸੁਰੱਖਿਆ ਨੂੰ ਬੰਦ ਹੈ। ਸੁਪਰੀਮ ਕੋਰਟ ਕੋਲੇਜੀਅਮ ਨੇ ਐਪੈਕਸ ਕੋਰਟ ਦੇ ਜੱਜ ਦੇ ਰੂਪ ਦੇ ਵਿੱਚ ਨਿਯੁਕਤੀ ਦੇ ਲਈ ਉੱਤਰਾਖੰਡ ਚੀਫ ਜਸਟਿਸ KM ਜੋਸੇਫ ਦਾ ਨਾਮ ਦੁਹਰਾਇਆ ਹੈ। ਇਸਨੇ ਮਦਰਾਸ ਹਾਈ ਕੋਰਟ ਦੇ ਚੀਫ ਜਸਟਿਸ ਇੰਦਰਾ ਬੈਨਰਜੀ ਅਤੇ ਓਡੀਸ਼ਾ ਹਾਈ ਕੋਰਟ ਦੇ ਚੀਫ ਜਸਟਿਸ ਵਿਨੀਤ ਸਾਰਨ ਨੂੰ ਸੁਪਰੀਮ ਕੋਰਟ ਦੇ ਜੱਜਿਸ ਦੇ ਰੂਪ ਵਿੱਚ ਵੀ ਸਿਫਾਰਿਸ਼ ਕੀਤੀ। ਯੂਨੀਅਨ ਹੋਮ ਮਿਨਿਸਟਰ ਰਾਜਨਾਥ ਸਿੰਘ ਨੇ ਦੁਹਰਾਇਆ ਕਿ ਸਰਕਾਰ ਦੇਸ਼ ਦੇ ਵਿੱਚ ਸਾਰੇ ਪ੍ਰਕਾਰ ਦੀ ਮੌਬ ਲਿੰਚਿੰਗ ਦੀ ਨਿੰਦਾ ਅਸਵੀਕਾਰ ਕਰਦੀ ਹੈ। ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ 1984 ਵਿੱਚ ਦੇਸ਼ ਨੇ ਇਸ ਤਰ੍ਹਾਂ ਦੇ ਕਤਲਾਂ ਨੂੰ ਵੇਖਿਆ ਅਤੇ ਇਸ ਲਈ ਕਾਂਗਰਸ ਨੂੰ ਇਸ ਮੁੱਦੇ 'ਤੇ BJP ਦਾ ਪ੍ਰਚਾਰ ਨਹੀਂ ਕਰਨਾ ਚਾਹੀਦਾ ਅਤੇ ਨਕਲੀ ਆਂਸੂ ਬਹਾਉਣਾ ਬੰਦ ਕਰਨਾ ਚਾਹੀਦਾ ਹੈ। ਸ਼ੁੱਕਰਵਾਰ ਨੂੰ 90 ਲੱਖ ਤੋਂ ਜ਼ਿਆਦਾ ਟਰੱਕ ਅਤੇ ਕੁਝ 50 ਲੱਖ ਬੱਸਾਂ, ਟੈਂਪੂ ਅਤੇ ਟੂਰਿਸਟ ਵਹੀਕਲ ਸੜਕਾਂ ਤੋਂ ਨਿਕਲ ਗਏ। ਇਸ ਦੇ ਬਾਅਦ ਉਹਨਾਂ ਦੇ ਮਾਲਕਾਂ ਨੇ ਆਪਣੀ ਬਹੁਤ ਸਾਰੀਆਂ ਮੰਗਾਂ ਦੇ ਲਈ ਇਨਡੈਫੀਨੇਟ ਹੜਤਾਲ ਸ਼ੁਰੂ ਕੀਤੀ।
एक 2016 की घटना के सिलसिले में जिस विच इस घटना में एंटी इंडियन नारे उठाए गए सन। मुंबई की बाइकला जेल दिया घट्टो घट 81 औरत कैदियों और एक कैदी के 4 महीने का बच्चा शुक्रवार को बीमार मिले सन। उन्होंने जे जे हॉस्पिटल ले जाया गया जिथे डॉक्टरों ने कहा है कि वह सारे स्टेबल कंडीशन में हैं। एक प्रीलिमिनरी रिपोर्ट तो पता चलता है कि बेकार पानी वजह हो सकता है। फेसबुक, गूगल, माइक्रोसॉफ्ट और ट्विटर चार टैक जॉइंट्स ने डेटा ट्रांसफर प्रोजेक्ट नाम के ओपन सोर्स इनिशिएटिव में शामिल होने की घोषणा की है। ये बिलियन यूजर्स उन्होंने डेटा का प्रबंधन करने में मदद कर प्राइवेसी समस्यावान बिना ऑनलाइन सर्विसिज प्रवेश करने उन्होंने मदद करने के लिए है। अदाकार सैफ अली खान वर्तमान में अपनी पहली वैब सीरीज सैक्रेट गेम्स की सफलता का आनंद लै रहे हैं। हूँ इस तरह लग रहा है कि सीरीज़ के विच सैफ की रफ एंड टफ भूमिका ने उन्होंने अजय देवगन के तानाजी द अनसंग वॉरियर के एंटैगनिस्ट प्ले करने का बराबर विकल्प बना दिता है। साढ़े नाल जुड़े रहो दोस्तों, असं यूके दी महत्वपूर्ण खबरों के नाल जल्दी वापस आवेंगे। इंडियन टाइम्स डेली डॉट कॉम से तुहाडा सारयां दा फिर तो स्वागत है। यूके दीआं 10 मुख खबरां हन। लेबर के पाकिस्तान के मूल के सादी खान के खिलाफ 2020 लंडन के मेयर के लिए पॉसीबल उम्मीदवार के रूप में यूके की सत्ता में कंजरवेटिव पार्टी वालों चुने गए 10 भारतीय मूल के आदमियों में 2 हैं। लखनऊ की पैदा हुई बिजनेस वूमेन रूबी मैकग्रेगोर स्मिथ ब्रिटिश सिख पॉलिटिशियन कुलवीर रेंजर के नाल दौड़ में शामिल होंगे। ब्रिटेन सरकार तो वीकली इनफॉर्मेशन बुलेटिन प्राप्त करना शुरू कर देंगे कि यह सुनिश्चित करने के लिए कि वह एक डिसरेडरली ब्रेक्सिट के लिए तैयार हैं। जानकारी कंज्यूमर्स और कंपनीज़ को बंडल के रूप में वंडिया जाएगा क्योंकि ब्रिटेन ब्रेक्सिट के लिए गिनती है। लेबर के डेप्यूटी लीडर टॉम वाटसन ने पीएम थरेसा मे अपने चीफ विप जूलियन स्मिथ के व्यवहार के लिए स्पष्ट रूप से गलत बहाने का आरोप लगाया। मैटरनिटी लीव से होने के बावजूद एक टोरी एमपी को एक मुख्य ब्रेक्सिट वोट में भाग लेने के बाद वह गुस्से में है। एमपीज़ ने क्रिमिनल मामलों में सबूतों के खुलासे में असफलतावान से पब्लिक प्रोसीक्यूशन एलिसन सॉन्डर्स के डायरेक्टर की निंदा की है। पिछले साल कई बलात्कार ट्रायल्स की संख्या गिर गई थी क्योंकि डिफेंस वकीलों को जरूरी सबूत नहीं दिए गए सन। विंडरश घोटाले के पीड़ितों को वादा किए कॉम्पनसेशन सरकार के नवे प्रपोजल हेठ किया जा सकता है। होम ऑफिस ने कहा है कि एक कैप यह सुनिश्चित करेगी कि किसी को भी गलत रूप से ज़्यादा पे ना मिले। सीनियर एमपी सर कैविन बैरो ने चेतावनी दी है कि जांच हेठ सारे एमपीज़ को एनोनिमिटी देने के लिए कदम उठाए गए खुलेपन को वापस लियाएंगे। हैरेसमेंट तो निपटने के लिए एक नवे व्यवहार कोड हेठ स्टैंडर्ड्स के लिए पार्लियामेंट्री कमिश्नर ने सारे एमपीज़ को 2010 तो अपनी वैबसाइट से जांच हेठ लिस्टिड किया है। नैशनल स्टैटिस्टिक्स ऑफिस के आंकड़ों तो पता चलता है कि अप्रैल तो जून की फिगर्स में सरकारी उधार 2007 के बाद तो लोएसट लैवल से गिर गया। फाइनैशियल साल के लिए उधार 16.8 बिलियन पाउंड तक पहुँच गया है जो मुकाबले में कुछ 5 बिलियन घट है पिछले साल के इसे फिगर्स तो। नैचुरलिस्ट सर डेविड एटनब्रो ने दुनिया की सब तो वड्डी तितली गिनती में शामिल होने के लिए कहा है। उन्होंने जोर दिता है कि नेचर के नाल समा बिताने तो मॉडर्न जीवन तो कीमती ब्रीदिंग स्पेस मिलती है। पिछले 40 सालों तो ज़्यादातर तितली स्पैसीज के गिरावट आई है लेकिन एटनब्रो का एक यूनीक कलैक्शन है। गर्मियों की शुरुआत में विदेशों में जाने वाले ब्रिटन्स को कुछ 9 महीने तक सब तो गरीब एक्सचेंज रेट्स नाल मारिया जा रहा है। स्टांस्टेड एयरपोर्ट से मनी कॉर्ड ब्यूरो हर पाउंड के लिए सिर्फ 0.89 यूरो की ऑफर कर रहा है। यह पाउंड्स वालों वेखी जाने वाली सब तो घट रेट्स में एक है। पुलिस जांच से पता चल रहा है कि 2 काउंटी दुरहम एमेटोर रगबी खिलाड़ी जो कि कोलंबो के नाइट क्लब जाने के बाद मारे गए थे ने हैरोइन लिता से। 2 महीने पहले श्रीलंका के नाइट क्लब जाने के बाद थॉमस हॉवर्ड और थॉमस बेटी की मौत हो गई थी। इसके साथ हमारा न्यूज़ बुलेटिन समाप्त होता है, पर तुम इंडियन टाइम्स डेली से लॉकडाउन रहो क्योंकि अगे असं लैके आ रहे हैं बॉलीवुड खबरें। इसके अलावा हम इस पोर्टल के अकाउंटिंग फर्म्स से लैके वैडिंग प्लानर्स तक सारे यूके बिजनेसिस एंड रिसोर्सिस लग सकते हैं। इंडियन टाइम्स डेली में असं सारे चाहते हैं कि तुहाडा आज दिन शुभ ते खुशगवार गुजरे। Veteran actor Anupam Kher believes that the hashtag talk to a Muslim campaign that went viral off late was a ridiculous campaign, stating that hashtag I am Indian should be the campaign which should always run in everybody's life and blood. Anupam Kher was present at Jubilee celebration of CISF when he said, I have come from a family which never told me that there are other religions. We have respected all religions. That's a ridiculous campaign. Mujhe lagta hai ki wo Muslims ke liye बहुत ही उनको छोटा महसूस कराने की बात करने की यू हैव टू पॉइंट इट आउट। ये सब बहुत ही शर्मनाक कैंपेन था मेरे हिसाब से। बट आज के सोशल मीडिया में कोई भी कैंपेन बनाना बहुत आसान है। रोज़ हर चौथे दिन कोई ना कोई कैंपेन में ट्रेंड कर रहा होता है, तो ट्रेंड अपने काम से किए जाना चाहिए लाइफ में। बाकी वी आर लिविंग इन अ वर्ल्ड ऑफ सोशल मीडिया वेयर समडे दिस विल बिकम इम्पॉर्टेंट। आई डोंट वॉन्ट टू कॉमेंट ऑन एनीथिंग। I am an Indian should be the campaign that should always run in everybody's life and everybody's blood. किसी की धार्मिक
जो उसकी वो धारणा है या उसका सोच है या उसका जो धर्म जिस धर्म से वो पैदा हुआ है दैट्स नॉट इम्पॉर्टेंट एवरी डे आई एम एन इंडियन शुड ऑलवेज ट्रेंड ऑन द वर्क फ्रंट खेर विल वेरी सून बी सीन एपिंग फॉर्मर इंडियन प्राइम मिनिस्टर मनमोहन सिंह इन द एक्सीडेंटल प्राइम मिनिस्टर Actress Isha Deol Takhtani unveiled her Bengali bride look from Ram Kamal Mukherjee's short film Cakewalk in Kolkata. The actress is marking her comeback with a 22-minute film in which she plays the role of a chef. Isha, who is veteran actress Hema Malini's daughter and also classical dancer, said, Ram Kamal made me do almost the rituals for the shoot and we were joking that I am forever stuck in a wedding ritual. Before Radhya was born, We have a Sindhi ritual where the bride and groom take feras again. And again, I am in this bridal outfit for cakewalk. And now in Ramayana ballet also, I do Sita's Swayamvar scene. Cakewalk that is slated for release in October marks the Bollywood debut of television actor Tarun Malhotra.